ਬਾਅਦ ਤੁਹਾਡਾ ਪੇਪਰ ਲੈਂਦੇ ਹਾਂ ਉਹ ਸਾਰਾ ਕੁਝ ਇਸੇ ਲਈ ਕਰ ਰਹੇ ਹਾਂ ਕਿ ਜਦੋਂ ਤੁਹਾਡਾ ਫਾਈਨਲ ਪੇਪਰ ਆਵੇ ਤੁਸੀਂ ਉਹਦੇ ਲਈ ਪੂਰੀ ਤਰ੍ਹਾਂ ਤਿਆਰ ਹੋ ਇਹ ਵੀ ਛੋਟੇ ਛੋਟੇ ਯਤਨ ਨੇ ਇਸੇ ਤਰ੍ਹਾਂ ਤੁਹਾਡੀ ਜ਼ਿੰਦਗੀ ਦੇ ਜਿਹੜੇ ਵੱਡੇ ਨਿਸ਼ਾਨੇ ਤੁਸੀਂ ਵਿੱਥੇ ਨੇ ਜਾਂ ਵਿੱਥੋਗੇ ਉਹਨਾਂ ਨੂੰ ਪ੍ਰਾਪਤ ਕਰਨ ਲਈ ਤੁਹਾਨੂੰ ਲਗਾਤਾਰ ਯਤਨ ਕਰਨਾ ਪੈਣਾ ਜਿਵੇਂ ਆਪਾਂ ਇੱਕ ਰੇਸ ਹੀ ਲਗਾਉਣੀ ਹੋਵੇ ਤਾਂ ਉਹ ਰੇਸ ਦੇ ਵਿੱਚ ਉਹੀ ਜੇਤੂ ਹੁੰਦੇ ਆ ਜਿਨ੍ਹਾਂ ਨੇ ਪਹਿਲਾਂ ਮਿਹਨਤ ਕਰੀ ਹੁੰਦੀ ਆ ਮੈਨੂੰ ਪਤਾ ਤੁਹਾਡੇ ਸਕੂਲ ਦਾ ਇੱਕ ਬੱਚਾ ਪੰਜਾਬ ਤੱਕ ਭਾਗ ਲੈ ਕੇ ਆਇਆ ਮੁਕਾਬਲਾ ਜਿੱਤ ਕੇ ਲੈ ਕੇ ਆਇਆ ਸ਼ਾਬਾਸ਼ ਮੈਂ ਬਾਈ ਕੇਸ ਜਾਣਦਾ ਇੱਕ ਵਾਰੀ ਇਹਦੇ ਲਈ ਤਾੜੀਆਂ ਹੋ ਜਾਣ ਮੈਨੂੰ ਬਹੁਤ ਖੁਸ਼ੀ ਹੋਈ ਇਹਨਾਂ ਦੇ ਉਸਤਾਦ ਸਰਜੀਤ ਸਿੰਘ ਰਾਣੋ ਤੇ ਬਾਕੀ ਸਟਾਫ ਮੈਡਮ ਮੈਨੇਜਮੈਂਟ ਸਾਰਿਆਂ ਨੂੰ ਮੁਬਾਰਕਬਾਦ ਆ ਤੇ ਮੇਰੀਆਂ ਸ਼ੁਭਕਾਮਨਾਵਾਂ ਵੀ ਨੇ ਆਪਣੇ ਵੱਲੋਂ ਵੀ ਤੇ ਸਾਡੀ ਜਿਹੜੀ ਸੇਵਾ ਸੁਸਾਇਟੀ ਆ ਸੁਸਾਇਟੀ ਫਾਰ ਐਜੂਕੇਸ਼ਨ ਵੈਲਫੇਅਰ ਐਂਡ ਅਵੇਅਰਨੈਸ ਉਹਦੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ ਨੇ ਮੇਰੇ ਹਿਸਾਬ ਨਾਲ ਤਾਂ ਇਹਨਾਂ ਨੇ ਦੇਤਾ ਤੇ ਬਾਕੀ ਹੁਣ ਟੱਚ ਰਹਾਂਗੇ
ਮੈਨੂੰ ਵੀ ਪਰਮਾਤਮਾ ਚੱਲ ਚਾਹੇ ਡੇਢ ਸਾਲ ਹੋ ਗਿਆ ਚਾਹੇ ਦੋ ਸਾਲ ਹੋ ਗਏ, ਹੁਣ ਸੇਵਾ ਕਰਨ ਦਾ ਹੀ ਮੌਕਾ ਆਪਾਂ ਨੇ ਮਨ ਦੇ ਵਿੱਚ ਘਟਾ ਲਿਆ। ਇੱਕ ਲੋਟੇ ਸਰ ਮੈਂ ਉਹਨੂੰ ਕਹਿ ਰਿਹਾ ਵੀ ਤੁਸੀਂ ਕਹਿ ਰਹੇ ਹੋ ਵੀ 13ਵੇਂ ਨੰਬਰ ਤੇ ਚਲੇ ਗਿਆ ਜਿੱਥੇ, ਪਰ ਸਾਡਾ ਸਕੂਲ ਹੈ ਜੀ, ਹੁਣ ਮੈਂ ਜੂਨ ਦੀ ਜਾਂ ਜ਼ਿਲ੍ਹੇ ਦੀ ਗੱਲ ਨੀ ਕਰੂੰਗਾ, ਪਰਮਾਤਮਾ ਅੱਗੇ ਵੀ ਮੈਂ ਇੱਥੇ ਕਰੀ ਸੀਗੀ, ਐਤਕੀ ਪੰਜਾਬ ਖੇਡ ਕੇ ਆਇਆ, ਹੁਣ ਪੰਜਾਬ ਹੀ ਸਾਡੇ ਬੱਚੇ ਖੇਡਣਗੇ, ਕੋਈ ਨਾ ਕੋਈ ਪੰਜੀਰੇ ਨਾ ਪੰਜਾਬ ਵਿੱਚ ਆਇਆ ਕਰੂਗੀ। ਜਸਪਾਲ ਦਾ ਇੱਥੇ ਨਾਂ ਉੱਚਾ ਆਊਗਾ, ਉੱਥੇ ਤੁਹਾਡਾ ਵੀ ਨਾਂ ਉੱਚਾ ਆਊਗਾ, ਸਾਡਾ ਨਾਂ ਵੀ ਉੱਚਾ ਆਊਗਾ। ਧੰਨਵਾਦ ਕਰ ਲਈ, ਉਸ ਤੋਂ ਪਹਿਲਾਂ ਅਸੀਂ ਕਹਿ ਰਹੇ ਹਾਂ ਗੁਰਦੀਪ ਸਰ ਨੇ ਜਾਣਾ ਉੱਥੇ ਖੇਡਾਂ ਕਰਾਉਣ, ਅਸੀਂ ਕਹਿ ਰਹੇ ਹਾਂ ਵੀ ਨਾਮ ਵੰਡ ਸਮਾਗਮ ਹੋ। Ah।